ਵੀ ਫਲੈਟਾਂ ਦੀਆਂ ਛੱਤਾਂ 'ਚ ਹੋਈਆਂ ਨੇ ਦੇਖ ਲਓ ਇਹ ਸਭ ਤੋਂ ਉੱਤੇ ਵਾਲੇ ਮੰਜ਼ਰ ਹੈ ਅਤੇ ਉੱਤੇ ਮੇਰੇ ਲੱਗਦਾ ਟੈਂਕੀ ਪਈ ਹੋਈ ਆ ਅਤੇ ਪਾਣੀ ਪਾਣੀ ਹੋਇਆ ਪਿਆ ਆਦੇ ਆਦੇ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਕਿਵੇਂ ਹੋ ਠੀਕ ਹੋ ਉਹ ਸਾਹਮਣੇ ਨਾ ਅਤੇ ਉਹ ਟਰੱਕ ਖੜ੍ਹਾ ਇੱਥੇ ਕੰਮ ਚੱਲਦਾ ਅਤੇ ਆਵਾਜ਼ ਐਡੀ ਦੂਰ ਤੱਕ ਆ ਰਹੀ ਹੈ ਮਤਲਬ ਪੂਰੀ ਡਿਸਟਰਬੈਂਸ ਹੋ ਰਹੀ ਹੈ ਇੱਥੇ ਖੜ੍ਹ ਕੇ ਅੱਜ ਮੌਸਮ ਸਾਫ਼ ਆ ਕੱਲ੍ਹ ਆਹ ਟਾਈਮ ਕੁਛ ਨਹੀਂ ਦਿੰਦਾ ਸੀ ਧੁੰਦ ਨਹੀਂ ਸੀ ਮਤਲਬ ਉੱਦਾਂ ਹੀ ਮੋਇਸਚਰ ਜਿਹਾ ਕਹਿ ਲਓ ਮੋਇਸਚਰ ਜਿਹਾ ਇੰਨਾ ਸੀ ਕੁਛ ਨਹੀਂ ਦਿੰਦਾ ਸੀ ਉਹ ਜਿੱਥੇ ਉਹ ਪਾਣੀ ਹੈ ਨਾ ਹੁਣ ਦਿਖ ਰਿਹਾ ਕੱਲ੍ਹ ਆਹ ਦਿਖ ਨਹੀਂ ਰਿਹਾ ਸੀ ਉਹ ਅੱਜ ਘਰ ਜਾਣ ਦਾ ਟਾਈਮ ਆ ਇੱਕ ਰਾਤ ਲਿਆਇਆ ਸੀਗਾ ਇਹ ਦੋ ਰਾਤਾਂ ਲਾ ਕੇ ਚੱਲੇ ਹਾਂ ਨਜ਼ਾਰੇ ਲਿਆ ਤੇ ਫੁੱਲ ਬਟਾ ਫੁੱਲ ਨਜ਼ਾਰੇ ਆ ਗਏ ਆਜਾ 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 ਇਹ ਖਤਮ ਹੁਣ ਹਾਂ ਸ਼ਾਬਾਸ਼ ਗਿਆ ਗਿਆ ਓਏ ਫੋ ਚੱਲਿਆ ਸੀ ਕੰਮ ਕੱਪੜੇ ਮੈਂ ਵੈਸੇ ਉੱਦਣ ਨਾਲ ਹੀ ਪਾਏ ਆ ਉਹ ਇਰਾਦਾ ਤਾਂ ਹੈ ਨਹੀਂ ਸੀ ਰਹਿਣ ਦਾ ਇੰਨੇ ਦਿਨ ਕੱਪੜਾ ਮੈਂ ਕੁਛ ਲੈ ਕੇ ਨਹੀਂ ਆਇਆ ਸੀ ਹੁਣ ਇਹ ਆ ਵੀ 10 ਦਿਨਾਂ ਤੱਕ ਫੇਰ ਆਵਾਂਗੇ ਮੈਨੂੰ ਆਇਆ ਸੀ ਵੀ ਇੱਕ ਦਿਨ ਰੁਕ ਕੇ ਨਾ ਇੱਥੇ ਸਾਰਾ ਕਵਰ ਕੀਤਾ ਜਾਵੇ ਇੱਧਰੋਂ ਪੰਚਕੂਲੇ ਵੱਲੋਂ ਨਾਢਾ ਸਾਹਿਬ ਜਾ ਕੇ ਥੋੜ੍ਹਾ ਕਿ ਕਸੌਲੀ ਤੱਕ ਜਾ ਕੇ ਆਊਂਗਾ ਪਰ ਗੱਲ ਇੱਥੇ ਮਹਿਫਲ ਇਹੋ ਜਿਹੀ ਬਣ ਗਈ ਕਈ ਮੁੰਡੇ ਆ ਗਏ ਯਾਰ ਦੋਸਤ ਆ ਗਏ ਫਿਰ ਬੈਠੇ ਰਹੇ ਅਸੀਂ ਕਿਉਂਕਿ ਸਟੂਡੀਓ ਤਾਂ ਹੈਗਾ ਹੁਣ ਸਟੂਡੀਓ 'ਚ ਕੋਈ ਨਾ ਕੋਈ ਆਉਂਦਾ ਜਾਂਦਾ ਰਹਿੰਦਾ ਕੋਈ ਆਰਟਿਸਟ ਹੋ ਗਿਆ ਜਾਂ ਕੋਈ ਹੋਰ ਆਉਂਦਾ ਜਾਂਦਾ ਰਹਿੰਦਾ ਕੋਈ ਨਾ ਕੋਈ ਫਿਰ ਮਹਿਫਲ ਜੀ ਨਾ ਬਣੀ ਰਹਿੰਦੀ ਆ ਨਜ਼ਾਰੇ ਆਉਂਦੇ ਨੇ ਫਿਰ ਅਸੀਂ ਗਏ ਨਹੀਂ ਕਿਤੇ ਗਿਆ ਤਾਂ ਬਈ ਰਾਤ ਵੀ ਅਸੀਂ 4 ਵਜੇ ਤੱਕ ਸਵੇਰੇ 4-5 ਵਜੇ ਤੱਕ ਮੈਂ ਜਾਗਦਾ ਰਿਹਾ ਸਟੂਡੀਓ 'ਚ ਬੈਠੇ ਬੈਠੇ ਗਾਣੇ ਸੁਣੀ ਗਏ ਉੱਥੇ ਮਾਹੌਲ ਹੀ ਇਹੋ ਜਿਹਾ ਬਣ ਜਾਂਦਾ ਵੀ ਬਸ ਬੰਦਾ ਨਾ ਗਾਣੇ ਹੀ ਸੁਣੀ ਜਾਵੇ ਗਾਣੇ ਹੀ ਸੁਣੀ ਜਾਵੇ ਨਜ਼ਾਰੇ ਬਣ ਬਸ ਇੱਦਾਂ ਹੀ ਆ ਵੀ ਇੱਥੇ ਬੈਠ ਕੇ ਮਿਊਜ਼ਿਕ ਬਣ ਜਾਂਦਾ ਵਧੀਆ ਬਟ ਟੈਲੈਂਟ ਹੋਣਾ ਚਾਹੀਦਾ ਬੰਦੇ 'ਚ ਕ੍ਰੀਏਟੀਵਿਟੀ ਹੋਣੀ ਚਾਹੀਦੀ ਥੋੜ੍ਹੀ ਜਿਹੀ ਅਤੇ ਇੱਥੇ ਬੈਠ ਕੇ ਜਿਹੜਾ ਨਜ਼ਾਰਾ ਆਉਂਦਾ ਨਾ ਗਾਣੇ ਸੁਣਨ ਦਾ ਬਈ ਉਹ ਸਿਰਫ ਇੱਥੇ ਬੈਠਣ ਵਾਲਾ ਹੀ ਦੱਸ ਸਕਦਾ ਹੋਰ ਕੋਈ ਨਹੀਂ ਦੱਸ ਸਕਦਾ ਮਤਲਬ ਕੋਈ ਫੀਲ ਨਹੀਂ ਕਰ ਸਕਦਾ ਹੋਰ ਕਿਸੇ ਦਿਨ ਆਪਾਂ ਪੂਰਾ ਦਿਖਾਊਂਗਾ ਤੁਹਾਨੂੰ ਕਿੱਦਾਂ ਕ੍ਰੀਏਟ ਹੁੰਦਾ ਸਾਰਾ ਕੁਛ ਕੱਲ੍ਹ ਅਸੀਂ ਕੱਲ੍ਹ ਮੇਰਾ ਸੋਚਿਆ ਸੀਗਾ ਮੈਂ ਕਿਹਾ ਤੁਹਾਨੂੰ ਚਲੋ ਸਟੂਡੀਓ ਦਿਖਾਉਂਦੇ ਹਾਂ ਸਾਰਾ ਫਲੈਟ ਵਗੈਰਾ ਸਾਰਾ ਕੁਝ ਦਿਖਾਉਂਦੇ ਹਾਂ ਪਰ ਕਈ ਵਾਰ ਸਿਚੁਏਸ਼ਨ ਇਹੋ ਜਿਹੀ ਬਣ ਜਾਂਦੀ ਹੈ ਫਿਰ ਬੰਦਾ ਨਾ ਉਹ ਕਹਿੰਦਾ ਵੀ ਪਹਿਲਾਂ ਉਹ ਇੰਜੋਏ ਕਰ ਲਈ ਬਾਕੀ ਬਾਅਦ 'ਚ ਕਰਾਂਗੇ ਬਹੁਤ ਨਜ਼ਾਰਾ ਇੱਥੇ ਮਹਿਫਲ ਲੱਗਦੀ ਆ ਕਦੇ ਬਈ ਇੱਥੇ ਬੈਠੇ ਰਹਿੰਦੇ ਆ ਗੱਦਾ ਆ ਤੁਹਾਨੂੰ ਪਤਾ ਹੀ ਆ ਸਿੱਧਾ ਆ ਜਾਂਦਾ ਇਹ ਮਤਲਬ ਆ ਬੀਨ ਬੈਗ ਵਗੈਰਾ ਪਏ ਨੇ ਆ ਮਾਹੌਲ ਇਹੋ ਜਿਹਾ ਬਣ ਜਾਂਦਾ ਬਈ ਇੱਥੇ ਕਿਉਂਕਿ ਇੱਥੇ ਸਿਰਫ ਲਿਖਣ ਵਾਲੇ ਗਾਉਣ ਵਾਲੇ ਅਤੇ ਮਿਊਜ਼ਿਕ ਵਾਲੇ ਬੈਠੇ ਹੁੰਦੇ ਨੇ ਹੋਰ ਕੋਈ ਨਹੀਂ ਅਤੇ ਇੰਨੀ ਕ੍ਰੀਏਟੀਵਿਟੀ ਮਤਲਬ ਮੁੰਡਿਆਂ 'ਚ ਇੰਨੀ ਜ਼ਿਆਦਾ ਕ੍ਰੀਏਟੀਵਿਟੀ ਲਿਖਣ ਵਾਲਿਆਂ 'ਚ ਮਤਲਬ ਹਰ ਇੱਕ ਬੰਦੇ 'ਚ ਮਤਲਬ ਇਹੋ ਜਿਹੀਆਂ ਚੀਜ਼ਾਂ ਨੇ ਵੀ ਬਸ ਸੁਣੀ ਚੱਲੋ ਗਾਈ ਚੱਲੋ ਮਤਲਬ ਨਜ਼ਾਰੇ ਬਣਦੇ ਹੁੰਦੇ ਨੇ ਜਿੱਦਣ ਅਗਲੀ ਵਾਰ ਆਇਆ ਤੁਹਾਨੂੰ ਮੈਂ ਦਿਖਾ ਫਿਰ ਸਾਰਾ ਦੱਸੂੰਗਾ ਵੀ ਕਿੱਦਾਂ ਕਿੱਦਾਂ ਕੀ ਹਿਸਾਬ ਕਿਤਾਬ ਆ ਸਾਡੇ ਮਿਊਜ਼ਿਕ ਡਾਇਰੈਕਟਰ ਸਾਹਿਬ ਹਲੇ ਸੁੱਤੇ ਪਏ ਨੇ ਉਹਨਾਂ ਦਾ ਕਿਉਂਕਿ ਰਾਤ ਨੂੰ ਕੰਮ ਹੁੰਦਾ ਫਿਰ ਸਵੇਰੇ ਸੌ ਜਾਂਦੇ ਨੇ ਜ਼ਿਆਦਾਤਰ ਜਿਹੜਾ ਮਿਊਜ਼ਿਕ ਉਹ ਰਾਤ ਨੂੰ ਹੀ ਬਣਦਾ ਹੁੰਦਾ ਗਾਇਆ ਵੀ ਰਾਤ ਨੂੰ ਹੀ ਜਾਂਦਾ ਸਵੇਰੇ ਸਵੇਰੇ ਕਿਸੇ ਤੋਂ ਗਾ ਨਹੀਂ ਹੁੰਦਾ ਚਾਹੇ ਜਿੱਡਾ ਮਰਜ਼ੀ ਚੋਟੀ ਦਾ ਸਿੰਗਰ ਹੋਵੇ ਸਵੇਰੇ ਸਵੇਰੇ ਕਿਉਂਕਿ ਹਰ ਇੱਕ ਦੀ ਆਵਾਜ਼ ਜਿਹੜੀ ਭਾਰੀ ਹੋਈ ਹੁੰਦੀ ਆ ਤਾਂ ਕਰਕੇ ਮੈਂ ਕਿਹਾ ਡਾਇਰੈਕਟਰ ਸਾਹਿਬ ਜਿਹੜੇ ਸੌ ਜਾਂਦੇ ਨੇ ਰਾਤ ਨੂੰ ਕੰਮ ਚੱਲਦਾ ਉਹਦਾ ਸਮਾਨ ਸਮੂਨ ਆਪਾਂ ਗੱਡੀ ਦਾ ਨੰਬਰ ਬੜਾ ਘੈਂਟ ਆ ਯਾਰ PB13P1313 ਲੈ ਇਹ ਵੀਰੇ ਨੂੰ ਆਪਾਂ ਉੱਥੇ ਲਾ ਦੇਣਾ ਬੱਸ ਅੱਡੇ ਫਿਰ ਆਉਂਦੇ ਹਾਂ ਮੈਂ 15-20 ਦਿਨਾਂ ਨੂੰ ਆਪਾਂ ਇਹਨੂੰ ਖਰੜ ਬੱਸ ਅੱਡੇ ਲਾਉਣਾ ਸੀ ਚੱਲ ਠੀਕ ਆ ਚੰਗਾ ਆਉਂਦੇ ਰਹਾਂਗੇ ਮਿਲਦੇ ਰਹਾਂਗੇ ਫੋਨ ਟਕਾ ਲਿਆ ਹੁਣ ਫੋਨ ਆਉਂਦਾ ਇਹਦਾ ਪਤਾ ਲੱਗਦਾ ਰਹੂਗਾ ਇੰਨੀ ਭੀੜ ਆਹ ਪੁਲ ਕਰਕੇ ਨਾ ਹਲੇ ਬਹੁਤ ਹੀ ਫਰਕ ਪੈ ਗਿਆ ਨਹੀਂ ਤਾਂ
ਬਈ ਇੱਥੇ ਬੁਰੇ ਹਾਲ ਹੋਏ ਸੀ, ਇੱਡਾ ਲੰਬਾ ਲੰਬਾ ਜਾਮ, ਹਾਲੇ ਵੀ ਦੇਖ ਲਓ ਬੱਸਾਂ ਕਰਕੇ ਆ ਥੋੜ੍ਹੀ ਟ੍ਰੈਫਿਕ। ਮੰਨ ਲਓ ਜੇ ਇਹ 'ਚ ਕਰੂਜ਼ ਕੰਟਰੋਲ ਹੁੰਦਾ, ਸਿੱਧਾ ਇਹਦੀ ਬ੍ਰੇਕ ਲੱਗਣੀ ਸੀ ਜਾ ਕੇ ਨਵਾਂ ਸ਼ਹਿਰ, ਜਾਂ ਫਿਰ ਪਹਿਲਾਂ ਰੋਪੜ ਲੱਗਣੀ ਸੀ, ਅੱਜ ਰੋਪੜ ਲੱਗਣੀ ਸੀ, ਉਦੋਂ ਪਹਿਲਾਂ ਕਿਤੇ ਬ੍ਰੇਕ ਨਹੀਂ ਲੱਗਣੀ ਸੀ। ਵਾਟ ਆ ਰੋਡ ਮੈਨ, ਵਾਟ ਆ ਵਿਊ, ਕਿਆ ਖੂਬਸੂਰਤ ਨਜ਼ਾਰੇ ਹੈ। ਅੰਮ੍ਰਿਤਸਰ, ਜਲੰਧਰ, ਹੁਸ਼ਿਆਰਪੁਰ, ਕਿੰਨੀ ਸੋਹਣੀ ਜੀ ਲੋਕੇਸ਼ਨ ਆ ਤੇਰੀ। ਉਹ ਗੁਰਦੁਆਰਾ ਟਿੱਬੀ ਸਾਹਿਬ, ਉਹ ਪਹਾੜ ਵੀ ਦੇਖਦੇ ਨੇ ਅੱਜ ਪਿੱਛੇ, ਉੱਥੇ ਦਾ ਵੀ ਵਿਊ ਗੁਰਦੁਆਰੇ ਦਾ ਨਾ, ਉੱਚਾ ਗੁਰਦੁਆਰਾ ਆ, ਵਿਊ ਬੜਾ ਸੋਹਣਾ ਮਿਲਦਾ ਇੱਧਰ ਨੂੰ। ਹਰਾ ਹਰਾ ਪਾਣੀ, ਇਹ ਸਤਲੁਜ ਆ, ਇਹ ਇੱਥੋਂ ਤਾਂ ਖਾਲੀ ਲੱਗਦਾ। ਡੂੰਘਾ ਹੀ ਹੈ ਨਹੀਂ ਇੱਥੋਂ ਤਾਂ। ਬਹੁਤ ਸੋਹਣੀ ਬਣਦੀ ਆ ਇੱਥੇ ਗੱਲ ਜੀ। ਇੱਥੇ ਤਾਂ ਜਾਮ ਲੱਗਣੇ ਲੱਗਣਾ ਤੇਰਾ, ਪੁਲ ਬਣਦਾ ਸ਼ੁਰੂ ਹੋਇਆ ਹਾਲੇ ਬਣਨਾ, ਹੁਣ ਪਤਾ ਨਹੀਂ ਕਿੰਨਾ ਟਾਈਮ ਬਣੂਗਾ, ਕਿੰਨੇ ਟਾਈਮ 'ਚ ਬਣੂਗਾ, ਇਹ ਉਹਨਾਂ ਚਿਰ ਇੱਥੇ ਆਹ ਜੱਬ ਪਿਆ ਰਹਿਣਾ, ਪਿਆ ਹੀ ਰਹਿਣਾ ਉਹਨਾਂ ਚਿਰ ਜੱਬ। ਇਹ ਐਕਸੀਡੈਂਟਲ ਏਰੀਆ ਬਣ ਗਿਆ ਸੀਗਾ, ਜਿਹੜੀ ਸਿੱਧੀ ਸੜਕ ਸੀ ਨਾ ਵਿੱਚੋਂ ਕਰੋਸਿੰਗ ਸੀ ਇੱਕ, ਉਹ ਐਕਸੀਡੈਂਟਲ ਏਰੀਆ ਜਿਹਾ ਬਣ ਗਿਆ ਸੀ, ਉਹ ਜ਼ਰੂਰੀ ਸੀਗਾ ਇੱਥੇ। ਅੱਜ ਸੰਡੇ ਆ ਨਾ, ਅਤੇ ਭੀੜ ਲੱਗੀ ਪਈ ਬਾਜ਼ਾਰ 'ਚ, ਸੇਲ ਹੀ ਸੇਲ ਹਰ ਪਾਸੇ, ਜੋਤੀ ਚੌਂਕ ਹਰ ਪਾਸੇ ਭੀੜ ਆ, ਹਰ ਇੱਕ ਜਗ੍ਹਾ। ਫੜ ਲਓ ਹੀ ਫੜ ਲਓ, ਬੰਦੇ ਨੇ ਬੈਲਟ ਨਹੀਂ ਲਾਈ ਸੀ, ਚਲੋ ਅੱਛੀ ਬਾਤ ਹੈ। ਠੇਕੇ 'ਤੇ ਭੀੜ ਨਹੀਂ ਹੈਗੀ ਦਿਨੇ ਬਸ, ਬਾਕੀ ਹਰ ਜਗ੍ਹਾ 'ਤੇ ਆ। ਰਾਤ ਨੂੰ ਸਿਰਫ ਠੇਕੇ 'ਤੇ ਭੀੜ ਹੁੰਦੀ ਆ, ਬਾਕੀ ਹਰ ਜਗ੍ਹਾ ਖਾਲੀ। 150 ਵਿੰਟਰ ਸੇਲ ਯਾਰ, ਯਾਦ ਹੀ ਨਹੀਂ ਸੀ ਯਾਰ ਵੀ ਇੱਧਰੋਂ ਭੀੜ ਹੋਊਗੀ, ਚੱਲ ਹੈ ਤਾਂ ਬਾਹਲੀ ਨਹੀਂ ਹੈਗੀ, ਨਹੀਂ ਉੱਧਰੋਂ ਆ ਜਾਂਦੇ। ਮੈਨੂੰ ਕੁਦਰ ਚੌਂਕ ਵੱਲੋਂ ਆਉਣਾ ਬਹੁਤ ਲੰਬਾ ਜਿਹਾ ਰਾਹ ਲੱਗਦਾ, ਇੱਧਰੋਂ ਠੀਕ ਲੱਗਦਾ ਹਾਲੇ। ਜਦੋਂ ਆਪਾਂ ਮੋਟਰਸਾਈਕਲ ਜਦੋਂ ਲਗਾਤਾਰ 100 ਕਿਤੇ ਜਾਂਦਾ ਨਾ, 100-110 'ਤੇ, 5 ਮਿੰਟ ਬਾਅਦ ਤੁਹਾਡੇ ਆਹ ਗਰਦਨ ਮੋਢੇ ਦੁਖਣ ਲੱਗ ਜਾਂਦੇ ਨੇ। ਇਹਦਾ ਕਾਰਨ ਇਹ ਵੀ ਜਿਹੜੀ ਹਵਾ ਸਿੱਧੀ ਛਾਤੀ 'ਤੇ ਜ਼ੋਰ ਪਾਉਂਦੀ ਆ, ਪਿੱਛੇ ਨੂੰ ਖਿੱਚਦੀ ਆ ਹਵਾ, ਅਤੇ ਆਪਣਾ ਜ਼ੋਰ ਆ ਹੈਂਡਲਾਂ 'ਤੇ ਹੁੰਦਾ, ਇਹਨਾਂ ਮੋਢੇ ਦੁਖਣ ਲੱਗ ਜਾਂਦੇ ਨੇ ਉਹਨਾਂ 5 ਮਿੰਟ ਤੱਕ, ਮੋਢੇ ਆ ਗਰਦਨ ਥੋੜ੍ਹਾ ਇਹ। 80 ਤੱਕ ਠੀਕ ਆ, 80-90 ਤੱਕ ਚਲਾਉਂਗੇ ਉਦੋਂ ਥੋੜ੍ਹਾ ਜ਼ੋਰ ਘੱਟ ਲੱਗਦਾ, 100-110 'ਤੇ ਤਾਂ ਬਹੁਤ ਹਵਾ ਪੈਂਦੀ ਆ। 3 ਦਿਨ ਬਾਅਦ ਮੈਂ ਗੱਡੀ ਦਾ ਬੋਨਟ ਖੋਲਿਆ, ਮੈਂ ਨਹੀਂ ਨਾ ਜਦੋਂ ਵੀ ਸਟਾਰਟ ਕਰਨੀ ਮੈਂ ਬੋਨਟ ਖੋਲ ਕੇ ਦੇਖਦਾ ਹੁੰਦਾ, ਬਾਅਦ ਕੀ ਹੋਇਆ ਪਿਆ ਆ, ਪਤਾ ਨਹੀਂ ਚੂਹੇ ਪਤਾ ਨਹੀਂ ਕਿੱਥੋਂ ਚੱਕ ਚੱਕ ਲਈ ਜਾਂਦੇ ਨੇ ਆਹ ਚੀਜ਼ਾਂ। ਚਲੋ ਗੇੜਾ ਕੱਢ ਕੇ ਆਉਣਾ, ਕਈ ਦਿਨ ਹੋ ਗਏ ਗੱਡੀ ਚਲਾਈ ਵੀ ਨਹੀਂ ਹੈਗੀ, ਚਲਾਉਣੀ ਚਾਹੀਦੀ ਆ ਵੈਸੇ। ਅਤੇ ਇੱਦਾਂ ਵੀ ਗੱਲ ਹੁਣ ਟਿਕਿਆ ਨਹੀਂ ਜਾਣਾ ਕਰੇ, ਹੁਣ ਤਾਂ ਫਿਰੀ ਜਾਓ, ਥੋੜ੍ਹੀ ਡਿਸਟਰਬੈਂਸ ਆਉਂਦੀ ਹੋਣੀ ਆ,
ਮਤਲਬ ਕਿ ਵੀਡੀਓ ਦੇ ਵਿੱਚ ਚਿੜਚਿੜ ਚਿੜਚਿੜ ਇੱਦਾਂ ਆਵਾਜ਼ ਆਉਂਦੀ ਹੋਣੀ, ਉਹ ਥੋੜ੍ਹੀ ਜਿਹੀ ਇਗਨੋਰ ਕਰਿਓ, ਆਪਾਂ ਕੱਲ੍ਹ ਹੀ ਜਾ ਕੇ ਸਭ ਤੋਂ ਪਹਿਲਾਂ ਠੀਕ ਕਰਾਉਣਾ, ਅਤੇ ਕਿਉਂਕਿ ਇਹਦੇ ਬਿਨਾਂ ਕੁਛ ਨਹੀਂ ਹੋ ਸਕਦਾ ਬਈ, ਇਹਦੇ ਬਿਨਾਂ ਕੁਛ ਵੀ ਨਹੀਂ ਹੋ ਸਕਦਾ। ਜਾਂ ਫਿਰ ਇਹ ਮੈਨੂੰ ਨਵਾਂ ਫੋਨ ਲੈਣ ਲਈ ਮਜਬੂਰ ਕਰ ਰਿਹਾ। ਖਾਮੇਨ ਗੋਪੀ ਗੋਪੀ ਆ ਜਾ ਆ ਜਾ, ਓ ਇੱਧਰ ਇੱਧਰ, ਹੇ ਗੋਪੀ ਗੋਪੀ ਕਿੱਦਾਂ, ਟਿਕਟ ਪੇ ਕਰ ਲਾ, ਕੀ ਹਾਲੇ ਚਾਲੇ, ਤੂੰ ਸੁਣਾ, ਬੜੇ ਦਿਨਾਂ ਬਾਅਦ ਮਿਲਿਆ ਤੂੰ ਗੋਪੀ, ਮੈਂ ਆਪ ਚੰਡੀਗੜ੍ਹ ਗਿਆ ਹਾਂ, ਇਹਦੇ ਮਿਲਣਾ ਤੂੰ ਕਿੱਥੇ, ਕਿੰਨਾ ਨੁਕਸਾਨ ਹੋ ਗਿਆ ਯਾਰ ਆਪਣਾ, ਦੇਖ ਤੂੰ ਸੋਚ ਪਿਆ ਯਾਰ, ਕਿਹੜਾ ਕਿਹਦਾ ਕਿਹੜਾ ਹਾਲਤ ਹੈ, ਹਾਂ ਝਟਕਾ ਲੱਗ ਗਿਆ ਮੇਰਾ ਬਹੁਤ ਬਹੁਤ।